ਹੁਸ਼ਿਆਰਪੁਰ ਤੋਂ ਦਿੱਲੀ ਲਈ ਸਿੱਧੀ ਹੁਸ਼ਿਆਰਪੁਰ ਐਕਸਪ੍ਰੈਸ ਦਾ ਸਾਲਾਂ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਜਦੋਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਸਾਂਸਦ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਰੈਗੂਲਰ ਹੋਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਅਕਾਲੀ ਭਾਜਪਾ ਦੀ ਸਮੂਹ ਲੀਡਰਸ਼ਿਪ ਤੇ ਸਮੂਹ ਵਰਕਰ ਭਾਰੀ ਗਿਣਤੀ ਵਿਚ ਸ਼ਾਮਿਲ ਹੋਏ। ਇਸ ਮੌਕੇ ਸ਼੍ਰੀ ਸਾਂਪਲਾ ਨੇ ਕਿਹਾ ਕਿ ਇਹ ਟ੍ਰੇਨ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਹੈ। ਇਸ ਨਾਲ ਜਿੱਥੇ ਵਪਾਰ ਵਿਚ ਵਾਧਾ ਹੋਵੇਗਾ ਉੱਥੇ ਹੀ ਆਮ ਲੋਕਾਂ ਲਈ ਵੀ ਇਹ ਟ੍ਰੇਨ ਵਰਦਾਨ ਸਿੱਧ ਹੋਵੇਗੀ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ, ਆਜ਼ਾਦ ਟੀਵੀ ਨਿਊਜ਼ .in ਦੇ ਲਈ। ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਦੀ ਔਰ ਤੇ ਸਵਾਗਤ ਕਰਦਾ ਹਾਂ। ਇੱਥੋਂ ਚੱਲਦੀ ਹੈ ਰਾਤੀ 10:30 ਵਜੇ ਔਰ ਜ਼ਿਲ੍ਹੇ ਜਲੰਧਰ ਕੈਂਟ ਰੁਕਦੀ ਹੈ ਜਾ ਕੇ ਆਦਮਪੁਰ ਤੋਂ ਪਹਿਲਾਂ ਨਸਰਾਲਾ, ਕਠਾਰ, ਆਦਮਪੁਰ, ਉਹ ਖੁਰਦਪੁਰ, ਇਹਨਾਂ ਵਾਸੀਆਂ ਨੂੰ ਕੋਈ ਵੀ ਇਹਦੀ ਬੈਨੀਫਿਟ ਨਹੀਂ ਹੈ। ਸਾਡੀ ਰੇਲਵੇ ਡਿਪਾਰਟਮੈਂਟ ਅੱਗੇ, ਸਾਪਲਾ ਜੀ ਅੱਗੇ ਬੇਨਤੀ ਹੈ ਵੀ ਇਹਨੂੰ ਖੁਰਦਪੁਰ ਰੇਲਵੇ ਸਟੇਸ਼ਨ 'ਤੇ ਵੀ ਜ਼ਰੂਰ ਰੋਕਿਆ ਜਾਵੇ ਤਾਂ ਕਿ ਸਾਰੇ ਏਅਰਪੋਰਟ ਦੇ ਜਿਹੜੇ ਸਟੇਸ਼ਨ ਦੇ ਹੈਗੇ ਨੇ, ਸਾਡੇ ਜਵਾਨ ਪ੍ਰਾਂਤ ਦੇ ਦੇਸ਼ ਦੇ ਹਰ ਪ੍ਰਾਂਤ ਤੋਂ ਆ ਰਹੇ ਨੇ, ਉਹਨਾਂ ਨੂੰ ਇਸ ਗੱਡੀ ਦਾ ਕੋਈ ਬੈਨੀਫਿਟ ਨਹੀਂ ਹੈ। ਜੇ ਸਟੋਪਾਜ ਮਿਲਦਾ ਤਾਂ ਇਹ ਗੱਡੀ ਬਹੁਤ ਵਧੀਆ ਔਰ ਪੂਰੇ ਹੁਸ਼ਿਆਰਪੁਰ ਮੇ ਜਿਨ੍ਹੋਂਨੇ ਇਨ ਗਾੜੀ ਕੋ ਚਲਾਨੇ ਮੇ ਸਹਿਯੋਗ ਦਿਆ ਹੈ, ਕਿਉਂਕਿ ਇਹ ਸੁਪਨਾ ਸਭਸੇ ਪਹਿਲੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਦੇਖਾ ਥਾ ਔਰ ਵਹੀ ਸੁਪਨਾ ਹੁਸ਼ਿਆਰ ਜਹਾਂ ਪੇ ਬਾਕੀ ਜੋ ਐਮ ਪੀ ਆਏ, ਚਾਹੇ ਉਹ ਅੰਬਿਕਾ ਸੋਨੀ ਜੀ ਥੇ, ਚਾਹੇ ਉਹ ਸੰਤੋਸ਼ ਚੌਧਰੀ ਜੀ ਥੇ, ਚਾਹੇ ਆਜ ਹੁਸ਼ਿਆਰਪੁਰ ਵਾਸੀਓ ਨੇ ਮੁਝੇ ਇਸ ਲਾਇਕ ਬਣਾਇਆ, ਤੋ ਹਮ ਸਭ ਨੇ ਮਿਲ ਕੇ ਇਸ ਗਾੜੀ ਕੋ ਆਗੇ ਬਢਾਨੇ ਮੇ ਆਪਣਾ ਸਹਿਯੋਗ ਦਿਆ ਹੈ ਔਰ ਮੈਂ ਇਹ ਹੁਸ਼ਿਆਰਪੁਰ ਵਾਸੀਓ ਕੇ ਲਈ ਇੱਕ ਚਾਹੇ ਉਹ ਖੁਸ਼ੀ ਕੀ ਬਾਤ ਹੈ, ਆਜ ਉਨਕਾ ਉਤਸ਼ਾਹ ਹਮ ਸਭ ਦੇਖ ਰਹੇ ਹੈ।